ਸਾਰੇ ਦਿੱਲੀ ਕੋਸੀ ਸਿੰਧੂ ਬਾਰਡਰ ਤੇ ਸਾਰੇ ਕਿਸਾਨ ਵੀਰ ਪੰਜਾਬ ਤੋਂ ਹਰਿਆਣੇ ਤੋਂ ਯੂਪੀ ਤੋਂ ਸਾਰੇ ਵੀਰ ਸ਼ਾਂਤ ਬਈ ਪ੍ਰੋਟੈਸਟ ਕਰਨ ਵਾਸਤੇ ਇੱਥੇ ਆਏ ਹੋਏ ਹਾਂ। ਦੇਖੋ ਸਾਹਿਬ ਬੈਠੇ ਨੇ ਵੀ ਕਾਲੇ ਕਾਨੂੰਨ ਮੋਦੀ ਸਰਕਾਰ ਨੂੰ ਹਿੰਦੁਸਤਾਨ ਗੌਰਮੈਂਟ ਨੂੰ ਰੱਦ ਕਰਨੇ ਚਾਹੀਦੇ ਆ। ਸ਼ਾਂਤ ਬਈ ਪ੍ਰੋਟੈਸਟ ਕਰਨ ਵਾਸਤੇ ਕਿਸਾਨ ਵੀਰ ਇੱਥੇ ਆਪਣੀਆਂ ਟਰਾਲੀਆਂ ਦੇ ਵਿੱਚ ਆਪਣੇ ਘਰ ਬਣਾ ਬਣਾ ਕੇ ਬੈਠੇ ਨੇ। ਕੋਈ ਕਿਸੇ ਦੇ ਨਾਲ ਸੜਕ ਦੇ ਰੋਪ ਲਾਇਆ ਜਾਂਦਾ ਵੀ ਇਹ ਖਾਲਿਸਤਾਨੀ ਨੇ, ਇਹ ਲੜਦੇ ਨੇ, ਕੋਈ ਲੜਦਾ ਨਹੀਂ ਹੈ ਇਹਨਾਂ ਵਿੱਚੋਂ। ਦੇਖੋ ਵੀ ਜਿੰਨੇ ਵੀ ਉਹ ਬਜ਼ੁਰਗ ਕਿਸਾਨ ਨੇ, ਕੋਈ ਲੜਨ ਵਾਲਾ ਨਹੀਂ ਹੈ, ਕੋਈ ਅੱਤਵਾਦੀ ਨਹੀਂ ਹੈ। ਸਾਡੀ ਬੇਨਤੀ ਹੈ ਹਿੰਦੁਸਤਾਨ ਸਰਕਾਰ ਸਰਕਾਰ ਨੂੰ, ਜਿਹੜੀ 98% ਹਿੰਦੁਸਤਾਨ ਨੂੰ ਪੰਜਾਬ ਤੇ ਹਰਿਆਣਾ ਅਨਾਜ ਦਿੰਦੇ ਨੇ, ਉਹਨਾਂ ਦੀ ਸੁਣਵਾਈ ਕਰੀ ਜਾਵੇ। ਉਹ ਬੰਦੇ ਗਲਤ ਨਹੀਂ ਹੈਗੇ, ਉਹ ਬੰਦੇ ਬਹੁਤ ਚੰਗੇ ਨੇ। ਇਹ ਬੇਨਤੀ ਹੈ ਸਾਡੀ ਮੋਦੀ ਸਰਕਾਰ ਨੂੰ ਵੀ ਕਿਸਾਨਾਂ ਤੇ ਮਜ਼ਦੂਰਾਂ ਦੀ ਸੁਣਵਾਈ ਕਰੀ ਜਾਵੇ, ਕਾਲੇ ਕਾਨੂੰਨ ਰੱਦ ਕਰੇ ਜਾਣ ਜੇ ਉਹ ਕਿਸਾਨਾਂ ਦੇ ਨੋਟੇ ਗਏ। ਕਿਸਾਨ ਮਜ਼ਦੂਰ ਏਕਤਾ, ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ। ਕਾਲੇ ਕਾਨੂੰਨ ਰੱਦ ਕਰੋ, ਕਾਲੇ ਕਾਨੂੰਨ ਰੱਦ ਕਰੋ। ਮੋਦੀ ਮਰ ਗਿਆ, ਮੋਦੀ ਮਰ ਗਿਆ, ਹਾਏ ਹਾਏ। ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ, ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ। ਕਾਲੇ ਕਾਨੂੰਨ ਰੱਦ ਕਰੋ, ਕਾਲੇ ਕਾਨੂੰਨ ਰੱਦ ਕਰੋ। ਮੋਦੀ ਮਰ ਗਿਆ, ਹਾਏ ਹਾਏ। ਮੋਦੀ ਮਰ ਗਿਆ, ਹਾਏ ਹਾਏ। ਅਸੀਂ ਵੀ ਇੱਥੇ ਸਾਰੇ ਦਿੱਲੀ ਕੁਰਲੀ ਸਿੰਧੂ ਬਾਰਡਰ ਤੋਂ ਸਾਰੇ ਵੀਰ ਕਿਸਾਨ ਜਾਗ ਵਿੱਚ ਸਾਰੇ ਵੀਰ ਪੰਜਾਬ ਦੇ ਲਗਭਗ ਹਰਿਆਣੇ ਦੇ ਲਗਭਗ ਹਿੱਸਿਆਂ ਤੋਂ ਵੱਖ ਵੱਖ ਪਿੰਡਾਂ ਤੋਂ ਇਕੱਠੇ ਹੋਏ ਨੇ। ਸ਼ਾਂਤ ਵੀਰ ਸਾਡੇ ਨਾਲ ਪ੍ਰੋਟੈਸਟ ਵੀਰ ਬੈਠੇ ਆ। ਅਸੀਂ ਜਾਣਦੇ ਨਹੀਂ ਹੈਗੇ ਸਾਰੇ ਕਿਸਾਨ ਵੀਰ, ਜਦ ਤੱਕ ਹਿੰਦੁਸਤਾਨ ਸਰਕਾਰ ਇੰਡੀਆ ਸਰਕਾਰ ਜਿਹੜੀ ਕਾਨੂੰਨ ਕਿਸਾਨਾਂ ਦੇ ਖਿਲਾਫ ਬਣੇ ਨੇ ਉਹ ਰੱਦ ਨਹੀਂ ਕਰਦੀ, ਅਸੀਂ ਕਿਸੇ ਪਾਸੇ ਰਹਿਣਾ ਅਸੀਂ ਨਹੀਂ ਜਾਂਦੇ। ਅਸੀਂ ਆਪਣੇ ਘਰਾਂ ਨੂੰ, ਪੰਜਾਬ ਨੂੰ, ਹਰਿਆਣੇ ਨੂੰ ਅਸੀਂ ਨਹੀਂ ਜਾਂਦੇ, ਚਾਹੇ ਜਿੰਨਾ ਟਾਈਮ ਮਰਜ਼ੀ ਲੱਗੇ। 4 ਸਾਲ ਰਹਿ ਪਾਉਂਗੇ ਇੱਥੇ ਹੀ ਰਹਾਂਗੇ। ਬੇਟੇ ਉੱਧਰ ਮਾਰੋ, ਹਾਂ ਵੀਰ ਆਹ ਘੁਮਾ ਕੇ ਅਸੀਂ ਇੱਕ ਦੇ ਵਿੱਚ ਆਹ ਵੋਟ ਦੇ ਦੇ ਦੇਵਾਂਗੇ। ਸਲੋ ਆ ਜਾਵੇ ਵਿੱਚ ਤੇ ਫਿਰ ਉੱਧਰ ਆ ਜਾਓ। ਸੁਮੇਲਾ ਵਾਲ ਜਿਹੜਾ ਕੋਈ ਉਹਦੇ ਵਿੱਚ ਸਾਫ ਨਹੀਂ ਆਉਣੀ ਇਹ ਤਾਂ ਪਿੱਟ ਕਰ ਲੈ ਸੂਟ ਵਾਲੇ।